ਪਰ ਖਾਸ ਤੋਂ ਕਈ ਆਮ ਬਣੇ ਆ, ਜਿਵੇਂ ਕਿਹਾ ਤਾਜ਼ਾ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਚੱਬੇਵਾਲ ਆ ਗਏ, ਆਮ ਘਰਾਂ ਦੇ ਬਣ ਗਏ। ਉਹਨਾਂ ਦਾ ਚਿੱਠਾ ਲੈ ਕੇ ਪੂਰਾ ਵਿਕਰਮ ਸਿੰਘ ਮਜੀਠੀਆ ਬਹਿ ਗਏ ਮੀਡੀਆ ਸਾਹਮਣੇ, ਕਹਿੰਦੇ ਆਹ ਫਾਈਲ ਸੀ, ਆਹ ਦਿਖਾ ਦਿੱਤੀ ਗਈ, ਇਸੇ ਕਰਕੇ ਰਾਤੋਂ ਰਾਤ ਸੱਜਣ ਬਦਲ ਗਏ। ਉਹਨਾਂ ਨੇ ਨਾਲ ਵੀਡੀਓ ਵੀ ਦਿਖਾਈ ਕਿ ਸੰਗਲ ਲੈ ਕੇ ਪਹੁੰਚਦੇ ਆ, ਤਾਲਾ ਲੈ ਕੇ ਪਹੁੰਚਦੇ ਆ, ਪੰਡ ਕਰਜ਼ੇ ਦੀ ਲੈ ਕੇ ਪਹੁੰਚਦੇ ਆ। ਪਰ ਉਹ ਕਹਿੰਦੇ ਭਾਸ਼ਣ ਖਿਲਾਫ਼ ਸੀ, ਪਰ ਇਹ ਨਹੀਂ ਸੀ ਪਤਾ ਇਹ ਫਾਈਲ ਖੁੱਲ੍ਹਣੀ ਹੈ ਅਤੇ ਮੈਨੂੰ ਇੱਧਰ ਆਉਣਾ ਪੈਣਾ। ਕਹਿੰਦੇ ਗਰੀਬ ਘਰਾਂ ਦੇ ਮਕਾਨਾਂ ਦੀ ਗੱਲ ਸੀ, ਉਹਦੇ 'ਚ ਪੈਸਿਆਂ ਦੀ ਗੜਬੜੀ ਦਾ ਹੇਰ ਫੇਰ। ਸਰਕਾਰ ਦੀਆਂ ਰਿਪੋਰਟਾਂ ਤਿਆਰ ਨੇ, ਸਰਕਾਰ ਹੁਣ ਬਦਲ ਗਈ ਹੈ, ਸਰਕਾਰ ਹੁਣ ਫੋਟੋਆਂ ਕਰਵਾਉਂਦੀ ਹੈ, ਹੁਣ ਸਿਫਤਾਂ ਕਰ ਰਹੀ ਹੈ ਰਾਜ ਕੁਮਾਰ ਚੱਬੇਵਾਲ ਦੀ। ਡਾਕਟਰ ਰਾਜ ਕੁਮਾਰ ਚੱਬੇਵਾਲ ਤੋਂ ਬਾਅਦ ਅਗਲੀ ਵਾਰ ਕੋਈ MLA ਕਾਂਗਰਸ ਪਾਰਟੀ ਦਾ ਨਾ ਸੰਗਲ ਲੈ ਕੇ ਅਤੇ ਭਗਵੰਤ ਮਾਨ 'ਤੇ ਕੋਈ ਤੰਜ ਨਹੀਂ ਕੱਸੂਗਾ, ਕਿਉਂਕਿ ਲੋਕਾਂ ਨੂੰ ਪਤਾ ਲੱਗਿਆ ਕਿ ਭਗਵੰਤ ਮਾਨ ਫਿਰ ਉਸੇ ਸੰਗਲ ਨਾਲ ਬੰਨ ਕੇ ਆਪਣੇ ਘਰ ਲੈ ਜਾਂਦਾ ਹੈਗਾ। ਡਾਕਟਰ ਰਾਜ ਕੁਮਾਰ ਚੱਬੇਵਾਲ ਸਾਹਿਬ ਦਾ ਵੀ ਇਹ ਹੋ ਗਿਆ, ਆਪਣੇ ਆਪ ਬਹੁਤ ਵੱਡੇ, ਉਹਨਾਂ ਨੇ ਪੋਲੀਟੀਕਲ ਤੌਰ 'ਤੇ ਬੜੀ ਸਟੰਟ ਬਾਜੀ ਸੀ ਕਿ ਇੱਦਾਂ ਦੇ ਪ੍ਰਤਾਪ ਸਿੰਘ ਬਾਜਵਾ ਨਹੀਂ ਕਰ ਸਕੇ, ਇੱਦਾਂ ਦੇ ਰਾਜਾ ਅਮਰਿੰਦਰ ਸਿੰਘ ਵੜਿੰਗ ਨਹੀਂ ਕਰ ਸਕੇ। ਦੇਖੋ ਮੈਂ ਕਿੱਡੀ ਵੱਡੀ ਸਟੰਟ ਬਾਜੀ ਕਰ ਲਈ, ਦੇਖੋ ਮੈਂ ਕਰਜ਼ੇ ਦੀ ਪੰਡ ਚੁੱਕ ਕੇ ਲੈ ਗਿਆ ਵਿਧਾਨ ਸਭਾ, ਮੈਂ ਦੇਖੋ ਜੀ ਸੰਗਲ ਲੈ ਗਿਆ, ਉਸੇ ਸੰਗਲ ਦੇ ਨਾਲ ਉਹਨਾਂ ਕਹਿਤਾ ਵੀ ਚੱਲ ਇੱਧਰੋਂ ਆਹ ਤਾਂ ਸਾਡੇ ਆ। ਹੁਣ ਆਮ ਆਦਮੀ ਪਾਰਟੀ ਨੇ ਸੰਗਲ ਵਾਲੇ ਬੰਦੇ ਨੂੰ ਆਪ ਹੀ ਘੇਰ ਕੇ ਲੈ ਗਿਆ, ਆਪਣੇ ਨਾਲ ਹੀ ਬੰਨ ਲਿਆ ਗਿਆ ਵੀ ਉਹ ਜਿਵੇਂ ਹੁਣ ਅਸੀਂ ਕੰਮ ਕਰੇ ਤੂੰ ਵੀ ਉੱਦਾਂ ਹੀ ਕਰ। ਹੁਣ ਸਵਾਲ ਜਿਹੜੇ ਕਿ ਜਾਂ ਤਾਂ ਤੁਸੀਂ ਐਡਾ ਵੱਡਾ ਵਿਖਾਵਾ ਨਾ ਕਰਦੇ। ਹੁਣ ਇਹ ਕਿ ਹਾਲਾਂਕਿ ਕਾਂਗਰਸ ਪਾਰਟੀ ਦੀ ਕਨਫਰਮ ਟਿਕਟ ਸੀ ਉੱਥੋਂ, ਇਹਨੂੰ ਕੋਈ ਚੈਲੰਜ ਨਹੀਂ ਸੀ ਹੁਸ਼ਿਆਰਪੁਰ ਤੋਂ ਜਿਹੜਾ ਗਈ ਆ, ਉੱਥੋਂ ਦੇ ਜਿਹੜੇ 9 ਹਲਕਿਆਂ ਦੇ ਬਲਾਕ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਜਾਂ ਜਿਹੜੇ MLA ਜਿੱਤੇ ਜਾਂ ਹਾਰੇ, ਉਹਨਾਂ ਸਾਰਿਆਂ ਨੇ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਹੀ ਨਾਮ ਲਿਆ ਸੀ। ਹੁਣ ਪ੍ਰੋਬਲਮ ਕਾਂਗਰਸ ਪਾਰਟੀ ਦੇ ਵਿੱਚ ਇਹ ਆ ਕਿ ਜੇ ਮੈਨੂੰ ਦੇਣੀ ਟਿਕਟ ਆ ਤਾਂ ਮੈਂ ਜੇ ਜਿੱਤ ਗਿਆ ਹੈਗਾ ਮੈਨੂੰ ਵਿਧਾਇਕੀ ਛੱਡਣੀ ਪੈਣੀ, ਫਿਰ ਮੇਰੇ ਮੁੰਡੇ ਨੂੰ ਜਾਂ ਮੇਰੇ ਭਰਾ ਨੂੰ ਦੇ ਦਿਉ। ਹੁਣ ਉਹ ਵਾਅਦਾ ਕਾਂਗਰਸ ਪਾਰਟੀ ਨਹੀਂ ਸੀ ਕਰ ਸਕੀ, ਇਹਨਾਂ ਨੇ ਹੁਣ ਕੀ ਆਮ ਆਦਮੀ ਪਾਰਟੀ ਨੇ ਵਾਅਦਾ ਕਰ ਲਿਆ ਕਿ ਜੇ ਤੁਸੀਂ ਜਿੱਤ ਗਏ ਤਾਂ ਤੁਹਾਡੇ ਭਰਾ ਨੂੰ ਜਾਂ ਤੁਹਾਡੇ ਮੁੰਡੇ ਨੂੰ ਬਣਾ ਦਾਂਗੇ MLA, ਅਸੀਂ ਉਹਨੂੰ ਟਿਕਟ ਦੇਵਾਂਗੇ ਨਾ, ਕਿਉਂਕਿ ਆਮ ਆਦਮੀ ਪਾਰਟੀ ਵੀ ਘਰ ਦੀ ਪਾਰਟੀ ਹੋ ਗਈ, BJP ਅਤੇ ਸਿਵਾਏ BJP ਨੂੰ ਛੱਡ ਕੇ ਹੋਰ ਘਰ ਦੀ ਪਾਰਟੀ ਨਹੀਂ, ਬਾਕੀ ਸਾਰੀਆਂ ਘਰ ਦੀਆਂ ਪਾਰਟੀ ਹੋ ਗਈਆਂ। ਹੁਣ ਜਿਹੜੀ ਇਹ ਜਿਹੜਾ ਮਸਲਾ, ਉੱਦਾਂ ਦੇ ਤੁਸੀਂ ਬਹੁਤ ਵੱਡੇ ਬਣੇ ਸੀ ਕਿ ਮੇਰੇ ਤੋਂ ਵੱਡਾ ਕੋਈ ਕਾਂਗਰਸ ਨਹੀਂ ਹੈਗਾ। ਹੁਣ ਸਵਾਲ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਅਗਰ ਇਸ ਵੇਲੇ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਕਿਸੇ ਨੇਤਾ ਦੀ ਆਪਣੀ ਪਾਰਟੀ ਪ੍ਰਤੀ, ਜਿਹਨੂੰ ਆਪਣੀ ਮਾਂ ਕਹਿੰਦੇ ਨੇ ਵੀ ਸਾਡੀ ਮਾਂ ਪਾਰਟੀ ਕਾਂਗਰਸ, ਸਾਡੀ ਮਾਂ ਪਾਰਟੀ ਅਕਾਲੀ ਦਲ, ਸਾਡੀ ਮਾਂ ਪਾਰਟੀ BJP, ਸਾਡੀ ਮਾਂ ਪਾਰਟੀ ਆਮ ਆਦਮੀ ਪਾਰਟੀ, ਅਗਰ ਇਹ ਜਿਹੜੇ ਲੀਡਰ ਨੇ ਉਹਨਾਂ ਦੀ ਜ਼ੁਬਾਨ 'ਤੇ ਪਹਿਰਾ ਦੇਣ ਵਾਲੀ ਗੱਲ ਕੀਤੀ ਜਾਵੇ ਨਾ, ਸਿਵਾਏ BJP ਤੋਂ ਇਲਾਵਾ ਹੋਰ ਕਿਸੇ ਕੋਲ ਆਪਣੀ ਮਾਂ ਜਿਹਨੂੰ ਪਾਰਟੀ ਕਹਿੰਦੇ, ਪਾਰਟੀ ਪ੍ਰਤੀ ਕੋਈ ਵਫਾਦਾਰੀ ਨਹੀਂ ਹੈਗੀ, ਇਹਦੇ ਮੌਕੇ ਦੀ ਤਲਾਸ਼ ਦੇ ਵਿੱਚ ਆ। ਹੁਣ ਸਵਾਲ ਜਿਹੜੀਆਂ ਅੱਜ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਗੱਲਾਂ ਕੀਤੀਆਂ, ਇਹ ਕਿ ਇੱਦਾਂ ਦੇ ਹੋਰ ਵੀ ਬਹੁਤ ਨੇ। ਹੁਣ ਅਗਲੇ ਜਿਹੜੇ ਦੂਜੇ ਸੰਗਲ ਲੈ ਕੇ ਨਹੀਂ ਜਾਣਗੇ ਵੀ ਭਗਵੰਤ ਮਾਨ ਨੇ ਉਸੇ ਸੰਗਲ ਤੋਂ ਜਿਹੜਾ ਕੁੰਡਾ ਨਹੀਂ ਹੁੰਦਾ ਉੱਥੋਂ ਫੜ ਲੈਣਾ, ਭਰਾ ਆ ਜਾ, ਨਹੀਂ ਤਾਂ ਫਿਰ ਵਰਿੰਦਰ ਸ਼ਰਮਾ ਤਿਆਰ ਨੇ। ਹੁਣ ਜਿਹੜੇ ਉਹ ਕਹਿ ਰਹੇ ਨਾ ਕਿ ਅਜੇ ਰਿਪੋਰਟਾਂ ਦਿਖਾਈਆਂ ਨੇ, ਹੁਣ ਜਵਾਬ ਅਤੇ ਲੋਕ ਉਹਨਾਂ ਤੋਂ ਨਹੀਂ ਤਵੱਕੋ ਰੱਖਦੇ ਡਾਕਟਰ ਰਾਜ ਕੁਮਾਰ ਚੱਬੇਵਾਲ ਕੋਲ, ਹੁਣ ਤਾਂ CM ਸਾਹਿਬ ਨੂੰ ਦੱਸਣਾ ਪਏਗਾ ਜਾਂ ਦੱਸਣ ਵਾਸਤੇ ਉਹਨਾਂ ਤੋਂ ਉਮੀਦ ਰੱਖੀ ਜਾ ਸਕਦੀ ਆ ਕਿ ਤੁਸੀਂ ਕੀ ਇਹ ਦੱਸੋਗੇ ਕਿ ਜਿਹੜੇ ਕਾਂਗਰਸ ਪਾਰਟੀ ਦੇ ਡਾਕਟਰ ਰਾਜ ਕੁਮਾਰ ਚੱਬੇਵਾਲ ਉਹਨੂੰ ਡਰਾ ਕੇ ਧਮਕਾ ਕੇ ਵਿਜੀਲੈਂਸ ਦੀਆਂ ਫਾਈਲਾਂ ਦਿਖਾ ਕੇ ਤਾਂ ਲੈ ਕੇ ਗਏ ਜਾਂ ਉਹਦੀ ਆਪਣੀ ਇੱਛਾ ਸੀ? ਕਿਉਂਕਿ ਜਿੱਦਣ ਉੱਦਣ ਵੀ ਉਹਨੂੰ ਸਵਾਲ ਪੁੱਛੇ ਗਏ ਨੇ ਉਹ ਡਾਕਟਰ ਰਾਜ ਕੁਮਾਰ ਚੱਬੇਵਾਲ ਖੁੱਲ੍ਹ ਕੇ ਨਹੀਂ ਦੇ ਪਏ, ਕਿਉਂਕਿ ਚੋਰ ਸੀ ਨਾ, ਮਨ ਦੇ ਵਿੱਚ ਚੋਰ ਸੀ, ਖੋੜ ਸੀ, ਹਾਂ ਅੱਖਾਂ ਵੀ ਚੁੱਕੀਆਂ। ਮਤਲਬ ਜਦੋਂ ਤੁਹਾਡੀਆਂ ਅੱਖਾਂ ਝੁੱਕ ਜਾਣ ਜਾਂ ਤੁਹਾਡੀਆਂ ਅੱਖਾਂ 'ਚ ਸ਼ਰਮ ਹੁੰਦੀ ਆ ਜਾਂ ਲੱਜਾ ਹੁੰਦੀ ਆ ਜਾਂ ਤੁਹਾਡੇ 'ਚ ਡਰ ਹੁੰਦਾ, ਅੱਖਾਂ ਬੋਲਦੀਆਂ ਨੇ, ਜਿਵੇਂ ਕੈਮਰਾ ਬੋਲਦਾ ਉੱਦਾਂ ਅੱਖਾਂ ਬੋਲਦੀਆਂ ਨੇ। ਹੁਣ ਸਵਾਲ ਇਸ ਮਸਲੇ ਦੇ ਵਿੱਚ ਜਿਹੜੇ ਆ ਦੋਸ਼ ਜਿਹੜੀਆਂ ਫਾਈਲਾਂ ਦਿਖਾਈਆਂ ਨੇ ਵਿਕਰਮ ਸਿੰਘ ਮਜੀਠੀਆ ਨੇ, ਹੁਣ ਜਵਾਬ ਤਾਂ ਦੇਣਾ ਪਊਗਾ
ਹੁਣ ਇਹ ਵੀ ਨੇ ਜਿਵੇਂ ਬੀਜੇਪੀ ਕੋਲ ਇੱਕ ਵਾਸ਼ਿੰਗ ਮਸ਼ੀਨ ਆ, ਉਵੇਂ ਆਮ ਆਦਮੀ ਪਾਰਟੀ ਕੋਲ ਵਾਸ਼ਿੰਗ ਮਸ਼ੀਨ ਹੋ ਗਈ ਆ। ਹਾਲੇ ਤਾਂ ਸੁਣਿਆ ਕਿ ਹੋਰ ਵੀ ਤਿਆਰ ਬੈਠੇ ਹੈਗੇ ਨੇ ਜਾਣ ਵਾਸਤੇ, ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਨੇ ਕਹਿ ਦਿੱਤਾ ਕਿ ਆ ਜਾਓ, ਤੁਹਾਨੂੰ ਵੀ ਟਿਕਟ ਦੇ ਦਾਂਗੇ, ਤੁਹਾਡੇ ਭਰਾ ਨੂੰ ਵੀ ਟਿਕਟ ਦੇ ਦਾਂਗੇ, ਤੁਹਾਡੇ ਹੋਰਾਂ ਨੂੰ ਵੀ ਟਿਕਟ ਦੇ ਦਾਂਗੇ, ਤੁਹਾਡੇ ਮੁੰਡੇ ਨੂੰ ਵੀ ਟਿਕਟ ਦੇ ਦਾਂਗੇ ਨਾ। ਹੁਣ ਇਹ ਸਾਰੇ ਆਮ ਆਦਮੀ ਪਾਰਟੀ, ਕਿਉਂਕਿ ਹਰ ਕੋਈ ਸੱਤਾ ਦਾ ਆਨੰਦ ਭੋਗਣਾ ਚਾਹੁੰਦਾ। ਜਿਹੜੀਆਂ ਪਾਰਟੀਆਂ ਨੇ ਤੁਹਾਨੂੰ ਅਰਸ਼ ਤੋਂ ਫਰਸ਼ ਤੋਂ ਅਰਸ਼ ਲੈ ਕੇ ਗਈਆਂ ਨੇ, ਉਹਨੂੰ ਭੁੱਲ ਰਹੇ ਨੇ, ਚਾਹੇ ਉਹ ਕੋਈ ਵੀ ਪਾਰਟੀ ਹੋਵੇ। ਹੁਣ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਕੌਣ ਆ ਯਾਰ, 3 ਵਾਰਾਂ ਤੈਨੂੰ ਟਿਕਟ ਦਿੱਤੀ, 3 'ਚੋਂ ਤੁਸੀਂ 2 ਜਿੱਤ ਗਏ, ਫਿਰ ਤੁਹਾਨੂੰ ਲੋਕ ਸਭਾ ਦਿੱਤੀ, ਤੁਸੀਂ ਲੋਕ ਸਭਾ ਬਹੁਤ ਘੱਟ ਮਾਰਜਨ ਨਾਲ ਹਾਰੇ, ਅਤੇ ਫਿਰ ਵੀ ਤੁਹਾਨੂੰ ਕਾਂਗਰਸ ਪਾਰਟੀ ਮਾੜੀ ਲੱਗਣ ਲੱਗ ਪਈ। ਇਹਦਾ ਮਤਲਬ ਹੈ ਕਿ ਤੁਸੀਂ ਸੱਤਾ ਦੇ ਨੇੜੇ ਰਹੇ, ਕਿਉਂਕਿ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਆ ਕਿ ਸੱਤਾ ਦਾ ਆਨੰਦ ਭੋਗੋ। ਹੁਣ ਉਹਨੂੰ ਕਹਿੰਦੇ ਗੱਡੀ ਵੀ ਨਵੀਂ ਦੇ ਦਿੱਤੀ, ਪਹਿਲਾਂ ਉਹਦੇ ਕੋਲ ਖਟਾਰਾ ਗੱਡੀ ਸੀ, ਉਹਨੂੰ ਨਵੀਂ ਗੱਡੀ ਦੇ ਦਿੱਤੀ। ਔਰ ਇੱਕ ਹੋਰ ਡਾਕਟਰ ਰਾਜ ਕੁਮਾਰ ਚੱਬੇ, ਇੱਕ ਤਾਂ ਜਿਹੜੇ ਗਰੀਬਾਂ ਨੂੰ ਇਹਨਾਂ ਨੇ ਲਾਲਚ ਦਿੱਤਾ ਸੀ ਵੀ ਤਾਂ ਮੈਨੂੰ ਵੋਟਾਂ ਪਾਓ, ਚੋਣ ਜਾਬਤਾ ਲੱਗ ਗਿਆ, ਸੈਂਕਸ਼ਨ ਲੈਟਰ ਵੰਡ ਦਿੱਤੇ ਹੈਗੇ, ਡਿਪਟੀ ਕਮਿਸ਼ਨਰ ਇਨਕੁਆਇਰੀ ਕਰ ਦਿੱਤੀ। ਔਰ ਇਹਨਾਂ ਦੇ ਜਿਹੜੇ ਹਰਮਿੰਦਰ ਸਿੰਘ ਸੰਧੂ ਆ, ਚੱਬੇਵਾਲ ਤੋਂ ਹੀ ਆਮ ਆਦਮੀ ਪਾਰਟੀ ਦੇ ਹਾਰੇ ਉਮੀਦਵਾਰ, ਉਹਨਾਂ ਨੇ ਸ਼ਿਕਾਇਤ ਕੀਤੀ ਸੀ। ਹੁਣ ਉਹ ਵਿਚਾਰਾ ਕਿੱਧਰ ਜਾਊਗਾ ਵੀ ਮੈਂ ਤਾਂ ਇਸ ਬੰਦੇ ਦੇ ਖਿਲਾਫ਼ ਸ਼ਿਕਾਇਤਾਂ ਕੀਤੀਆਂ, ਤੁਸੀਂ ਮੇਰੇ ਸਿਰ 'ਤੇ ਹੀ ਬਿਠਾ ਦਿੱਤਾ ਹੈਗਾ। ਔਰ ਦੂਜਾ ਇਹ ਵੀ ਚਰਚਾ ਉਸ ਹਲਕੇ 'ਚ ਹੁਸ਼ਿਆਰਪੁਰ ਦੇ ਜ਼ਿਲ੍ਹੇ ਦੇ ਵਿੱਚ ਵੀ ਇਹ ਚਰਚਾ ਹੈ ਕਿ ਜਿਹੜੇ ਡਾਕਟਰ ਚੱਬੇਵਾਲ ਸਾਹਿਬ ਦੇ ਕਾਫ਼ੀ 5-7 ਹੁਸ਼ਿਆਰਪੁਰ 'ਚ ਵੀ, ਹੋਰ ਵੀ ਦੂਜੇ ਆਂਢੀ ਗੁਆਂਢੀ ਜ਼ਿਲ੍ਹਿਆਂ ਦੇ ਵਿੱਚ ਵੀ ਸੀਟੀ ਸਕੈਨ ਬਹੁਤ ਵੱਡੇ ਵੱਡੇ ਸੈਂਟਰ ਚੱਲਦੇ ਨੇ, ਉਹ ਵੀ ਆ। ਫਿਰ ਇਹ ਵਾਲਾ ਜਿਹੜਾ ਮਸਲਾ ਆ ਗਿਆ, ਉਹ ਸਾਰੇ ਜਿਹੜੀ ਇਹ ਮਸਲੇ ਨਾ ਜਿਹੜੇ ਗਰੀਬਾਂ ਦੇ ਨਾਲ ਧੋਖਾ ਕੀਤਾ, ਉਹ ਸ਼ਾਇਦ ਡਰ ਗਏ ਹੋਣ। ਪਰ ਪੋਲਿਟਿਕਸ ਦੇ ਵਿੱਚ ਡਰਨ ਦੀ ਕਿਹੜੀ ਲੋੜ ਆ, ਜੇ ਤੁਸੀਂ ਵਾਕਿਆ ਸੱਚੇ ਹੋ ਤਾਂ ਫਿਰ ਭਗਵੰਤ ਮਾਨ ਜਾਂ ਸੈਂਟਰ ਲੈਵਲ 'ਤੇ ਗੱਲ ਕਰ ਲਈਏ, ਮੋਦੀ ਸਾਹਿਬ ਤੁਹਾਨੂੰ ਐਵੇਂ ਨਹੀਂ ਲੈ ਕੇ ਜਾ ਸਕਦੇ। ਅਤੇ ਜੇ ਤੁਹਾਡੇ 'ਚ ਕੋਈ ਖੋਟ ਹੈ ਤਾਂ ਫਿਰ ਤਾਂ ਤੁਸੀਂ ਆਪ ਹੀ ਭੱਜੇ ਪਏ। ਜਿਵੇਂ ਹੁਣ ਚਰਚਾ ਓਪੋਜੀਸ਼ਨ ਹੀ ਕਹਿੰਦੀ ਨਾ, ਨੈਸ਼ਨਲ ਲੈਵਲ 'ਤੇ ਆਮ ਆਦਮੀ ਪਾਰਟੀ ਵੀ ਕਹਿੰਦੀ ਆ ਕਿ ਬੀਜੇਪੀ ਸੈਂਟਰ ਸਰਕਾਰ ਨੇ ਔਰ ਓਪੋਜੀਸ਼ਨ ਨੂੰ ਡਰਾਉਣ ਵਾਸਤੇ ED ਜਾਂ CBI ਜਾਂ ਇਨਕਮ ਟੈਕਸ ਰੱਖਿਆ ਹੋਇਆ। ਅਤੇ ਪੰਜਾਬ ਦੇ ਵਿੱਚ ਵੀ ਇਹ ਚਰਚਾ ਨਾ, ਹੁਣ ਬਿਕਰਮ ਸਿੰਘ ਮਜੀਠੀਆ ਤਾਂ ਇਹੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਵੀ ਤੁਸੀਂ ਇੱਦਾਂ ਕਰ ਰਹੇ ਹੋ ਨਾ, ਹੁਣ ਜਾਂ ਤਾਂ ਫਿਰ ਅਗਲੀ ਵਾਰ ਤੁਸੀਂ ਸੰਗਲ ਲੈ ਕੇ ਨਹੀਂ ਜਾਓਗੇ ਕੋਈ। ਘੱਟੋ ਘੱਟ ਕਾਂਗਰਸ ਪਾਰਟੀ ਦੇ ਜਿਹੜੇ ਹੁਣ ਰਹਿ ਗਏ ਨੇ, ਹੁਣ ਕਿੰਨੇ ਰਹਿ ਗਏ ਹੈਗੇ ਨੇ, 18 ਸੀ ਇਹਨਾਂ ਦੇ, ਚੱਬੇਵਾਲ ਸਾਹਿਬ ਨਿਕਲ ਗਏ, 16-17 ਰਹਿ ਗਏ, ਸੰਦੀਪ ਜਾਖੜ ਦੇ ਵੀ ਚਲੇ ਜਾਣਾ ਹੈਗਾ 16। ਹੁਣ ਜਿਹੜੇ 16 MLA ਨੇ, ਚਾਹੇ ਉਹ ਓਪੋਜੀਸ਼ਨ ਦੇ ਲੀਡਰ ਨੇ ਜਾਂ ਕਾਂਗਰਸ ਪਾਰਟੀ ਦੇ ਪ੍ਰਧਾਨ, ਅਗਲੀ ਵਾਰ ਇਹ ਪੋਲੀਟੀਕਲ ਸਟੰਟ ਨਹੀਂ ਕਰਨਗੇ। ਨਾ ਕੋਈ ਕਾਂਗਰਸੀ ਕਰਜ਼ੇ ਦੀ ਪੰਡ ਦਿਖਾਊਗਾ ਭਗਵੰਤ ਮਾਨ ਸਾਹਿਬ ਨੂੰ, ਨਾ ਕੋਈ ਸੰਗ ਲੈ ਕੇ ਜਾਊਗਾ, ਨਾ ਕੋਈ ਰੱਸੀ ਲੈ ਕੇ ਜਾਊਗਾ। ਜਿਹੜਾ ਵੀ ਜਾਊਗਾ ਫਿਰ ਉਹਨੂੰ ਤਾਂ ਉਹਨਾਂ ਨੇ ਭਗਵੰਤ ਮਾਨ ਸਾਹਿਬ ਨੇ ਤਾਂ ਘੇਰ ਹੀ ਲੈਣਾ ਗਾ ਕਿ ਆ ਜਾਓ ਫਿਰ ਵੇਖ ਲੈਂਦੇ ਤੁਹਾਡਾ, ਕਿਉਂਕਿ ਭਗਵੰਤ ਮਾਨ ਸਾਹਿਬ ਨੂੰ ਪਤਾ ਕਿ ਓਪੋਜੀਸ਼ਨ ਨੂੰ ਅੱਖਾਂ ਕਿਵੇਂ ਦਿਖਾਉਣੀਆਂ ਨੇ, ਕਿਵੇਂ ਲਲਕਾਰਾ ਮਾਰਨਾ ਹੈਗਾ। ਠੀਕ ਹੈ, ਇਸ ਕਰਕੇ ਹੁਣ ਭਗਵੰਤ ਮਾਨ ਦੇ ਲਲਕਾਰਾ ਤਾਂ ਕੋਈ ਕੋਈ ਝੱਲ ਸਕਦਾ, ਜਿਨ੍ਹਾਂ ਨੂੰ ਲਲਕਾਰੇ ਵੱਜੇ ਨੇ ਉਹਦਾ ਬਾਰੇ ਵੀ ਲੋਕ ਵਨ ਸੁਵੰਨੀਆਂ ਗੱਲਾਂ ਕਰ ਰਹੇ ਹੈਗੇ ਨੇ, ਕਿਹੜਾ ਹਨੇਰੇ ਸਵੇਰੇ ਅਤੇ ਕਿਹੜਾ ਬਾਅਦ 'ਚ ਮਿਲਣ ਜਾਂਦਾ, ਕਿੱਥੇ ਮਿਲਦੇ ਨੇ, ਕਿਹੜੇ ਵਿਚੋਲੇ ਨੇ, ਕਿਉਂਕਿ ਕਾਂਗਰਸ ਪਾਰਟੀ ਦੇ ਕਈ ਜਿਹੜੇ ਸਰਕਾਰ ਔਰ ਕਾਂਗਰਸ ਪਾਰਟੀ ਦੇ ਵਿਚਕਾਰ ਕਈ ਵਿਚੋਲੇ ਸੀ, ਹੁਣ ਉਹ ਵੀ ਨਹੀਂ ਲੱਭਦੇ ਪੰਜਾਬ ਦੇ ਵਿੱਚ ਨਾ ਜੀ। ਕਿਤੇ ਨਾ ਕਿਤੇ ਹੁਣ ਜਿਹੜੇ ਖੁਲਾਸੇ ਆਉਣ ਵਾਲੇ ਸਮੇਂ 'ਚ ਹੋਰ ਹੋਣਗੇ, ਕਿਉਂਕਿ ਹੁਣ ਜਦੋਂ ਚੋਣਾਂ ਆਉਂਦੀਆਂ ਨੇ ਉਸ ਇਲੈਕਸ਼ਨ ਚੋਣਾਂ ਦੇ ਵਿੱਚ ਪ੍ਰਕਿਰਿਆ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਇਲਜ਼ਾਮ ਦੋਸ਼ ਲੱਗਦੇ ਨੇ, ਉਹਨਾਂ ਦੋਸ਼ਾਂ ਦਾ ਜਵਾਬ ਨਹੀਂ ਕੋਈ ਦਿੰਦਾ। ਵਿਕਰਮ ਜੀਠੀਆ ਨੇ ਵੀ ਸਵਾਲ ਕੀਤਾ ਨਾ ਜੇ ਕਿ ਮੁੱਖ ਮੰਤਰੀ ਨੂੰ ਜਾਂ ਸਰਕਾਰ ਨੂੰ ਆਪਣੀ ਹੀ ਰਿਪੋਰਟਾਂ 'ਤੇ ਜਾਂ ਤਾਂ ਉਹ ਝੂਠੀਆਂ ਨੇ ਕਹਿ ਦੇਣ, ਜਾਂ ਫਿਰ ਇਹ ਕਹਿ ਦੇਣ ਕਿ ਅਸੀਂ ਕੱਟੜ ਇਮਾਨਦਾਰ ਨਹੀਂ। ਉਹਨਾਂ ਨੇ ਤਾਂ ਆਪ ਵਾਸ਼ਿੰਗ ਮਸ਼ੀਨ ਦਾ ਨਾਮ ਵੀ ਦਿੱਤਾ ਕਿ ਉਹਦੇ ਵਿੱਚ ਪਾਇਆ ਉਹਨਾਂ ਨੂੰ ਡਿਟਰਜੈਂਟ ਪਾਊਡਰ ਤੋਂ ਵੀ ਜ਼ਿਆਦਾ ਸਫੇਦੀ ਆ ਗਈ, ਇਸੇ ਕਰਕੇ ਆਪਣੇ ਗੱਲ ਨਾਲ ਲਾ ਲਿਆ।
ਅਸੀਂ ਤਾਂ ਨਾ ਸਾਰੇ ਡਰ ਗਏ, ਕਿਉਂਕਿ ਸਭ ਤੋਂ ਪਹਿਲਾਂ ਸਰਕਾਰ ਨੇ ਫੜਿਆ ਉਹਨੂੰ ਸਾਧੂ ਸਿੰਘ ਧਰਮਸੋਤ ਨੂੰ, ਉਹਨਾਂ ਦੀ ਤੁਹਾਨੂੰ ਪੌਣੇ 5 ਕਰੋੜ ਰੁਪਏ ਦੀ ਪ੍ਰੋਪਰਟੀ ਵੀ ਅਟੈਚ ਹੋ ਗਈ ਆ, ਫਿਰ ਉਹ ਜੇਲ੍ਹ ਵੀ ਜਾਏ, ਕਦੀ ਵਿਜੀਲੈਂਸ ਨੇ ਫੜ ਲਿਆ ਅਤੇ ਕਦੀ ਆਮ ਉਹਨੇ ਈ ਡੀ ਨੇ ਫੜ ਲਿਆ। ਬਾਕੀ ਡਰ ਗਏ ਕਿਉਂਕਿ ਉਸ ਤੋਂ ਬਾਅਦ ਕਿੰਨੇ ਜਾਣੇ ਗਏ, ਭਰਤਭੂਸ਼ਣ ਆਸ਼ੂ, ਸਤਿਕਾਰ ਕੌਰ, ਕਿੱਕੀ ਢਿੱਲੋਂ, ਸਾਧੂ ਸਿੰਘ ਧਰਮਸੋਤ, ਗਿਲਜੀਆਂ ਸਾਹਿਬ ਦੇ ਰਿਸ਼ਤੇਦਾਰ ਅਤੇ ਹੋਰ ਵੀ ਮੈਨੂੰ ਲੱਗਦਾ ਨਾ, ਅਤੇ ਉਹ ਹੁਣ ਸਾਰੇ ਇਹ ਕੀ ਹੈ ਕਿ ਇਹ ਹੁਣ ਸਾਰੇ ਡਰ ਗਏ। ਦੇਖੋ ਜਿਨ੍ਹਾਂ ਦੇ ਚੰਗੇ ਕੰਮ ਕੀਤੇ ਉਹਨਾਂ ਨੂੰ ਡਰ ਦੀ ਲੋੜ ਨਹੀਂ ਆ, ਚਾਹੇ ਭਗਵੰਤ ਮਾਨ ਸਾਹਿਬ ਭਾਵੇਂ ਉਹਨਾਂ ਨੂੰ ਅੱਖਾਂ ਦਿਖਾਉਣ ਜਾਂ ਨਾ ਦਿਖਾਉਣ, ਔਰ ਭਗਵੰਤ ਮਾਨ ਸਾਹਿਬ ਨੂੰ ਵੀ ਪਤਾ ਕਿ ਕਿਹੜਾ ਕੀ ਹੈ, ਕਿਉਂਕਿ ਸਰਕਾਰ ਆ, ਸਰਕਾਰ ਕੋਲ ਕੀ ਨਹੀਂ ਆ, ਕਾਗਜ਼ਾਂ ਦੇ ਵਿੱਚ ਸਭ ਕੁਛ ਬੋਲਦਾ, ਰਿਕਾਰਡ ਬੋਲਦਾ ਨਾ ਜੀ। ਹੁਣ ਉਹ ਹੁਣ ਜਿਹੜੇ ਬੰਦੇ ਹੈ ਉਹਨਾਂ ਲੱਗਾ ਕਿ ਜੇ ਸਰਕਾਰ ਹਜੇ ਪਈ ਹੈ 3 ਸਾਲ, ਕਿਉਂਕਿ ਪੁਰਾਣੀ ਸਰਕਾਰ ਅਤੇ ਅਕਾਲੀ ਅਤੇ ਕਾਂਗਰਸੀ ਵਾਲੇ ਤਾਂ ਮੇਲ ਮਿਲਾਪ ਤਾਂ ਖਤਮ ਹੋ ਗਏ ਕਿ ਤੂੰ ਮੈਨੂੰ ਨਾ ਫੜੀ, ਮੈਂ ਤੈਨੂੰ ਨਾ ਫੜੀ, ਲੋਕਾਂ ਦਾ ਖਿੱਚੀ ਚਲੋ ਪੰਜਾਬ ਦੀ ਜਨਤਾ ਦਾ। ਹੁਣ ਭਗਵੰਤ ਮਾਨ ਸਾਹਿਬ ਕੋਲ ਮੌਕਾ 3 ਸਾਲ ਪਏ ਨੇ ਪੂਰੇ, ਹੁਣ ਉਹ ਸਾਰੇ ਜਿਹੜੇ ਆ ਗਏ ਨਾ ਕਿ ਜੇ ਭਗਵੰਤ ਮਾਨ ਸਾਹਿਬ ਨੇ ਫੜ ਲਿਆ, ਚਲੋ ਹੁਣ 4 ਜੂਨ ਤੱਕ ਤਾਂ ਨਹੀਂ ਫੜਦੇ ਹੈਗੇ, ਕੋਡ ਆਫ ਕੰਡਕਟ ਆ, ਇਲੈਕਸ਼ਨ ਉਹ ਵੀ ਆ, ਪ੍ਰੋਸੈਸ ਵੀ ਹੈਗਾ, ਪਰ ਜੇ ਕੋਈ ਭ੍ਰਿਸ਼ਟਾਚਾਰ ਦਾ ਮਸਲਾ, ਵਿਜੀਲੈਂਸ ਫੜ ਵੀ ਸਕਦੀ, ਇੱਦਾਂ ਦੀ ਕੋਈ ਰੋਕ ਵੀ ਨਹੀਂ ਹੈ। ਹੁਣ ਸਵਾਲ ਇਸ ਮਸਲੇ ਦੇ ਵਿੱਚ, ਉਹਨਾਂ ਪਤਾ ਕਿ ਜੇ ਭਗਵੰਤ ਮਾਨ ਦੀ ਵਿਜੀਲੈਂਸ ਨੇ ਫੜ ਲਿਆ, ਪੰਜਾਬ ਸਰਕਾਰ ਦੀ ਵਿਜੀਲੈਂਸ ਬਿਊਰੋ ਨੇ ਫੜ ਲਿਆ, ਨਾਲ ਦੀ ਨਾਲ ਮੋਦੀ ਸਾਹਿਬ ਦੀ ਈਡੀ ਦੀ ਐਂਟਰੀ ਹੋ ਜਾਣੀ ਆ, ਇੱਥੋਂ ਖੈੜਾ 3 ਮਹੀਨੇ ਜੇਲ੍ਹ 'ਚ ਰਹਾਂਗੇ, ਫਿਰ ਹਾਈ ਕੋਰਟ 'ਚ ਜ਼ਮਾਨਤ ਮਿਲੂਗੀ ਜਾਂ ਸੁਪਰੀਮ ਕੋਰਟ 'ਚ ਮਿਲੂਗੀ, ਹਜੇ ਜ਼ਮਾਨਤ ਹਜੇ ਨਿਆਣੇ ਦੇ ਆ ਕੇ 4 ਬੈਠਣੀਆਂ ਗੱਪਾਂ ਛੱਪਾਂ ਮਾਰਨੀਆਂ ਹੈਗੀਆਂ, ਅਤੇ ਫਿਰ ਈਡੀ ਦੀ ਐਂਟਰੀ ਆ, ਫਿਰ ਈਡੀ ਨੇ ਅਰੈਸਟ ਕਰ ਲੈਣਾ, ਫਿਰ ਈਡੀ ਜੇਲ੍ਹ 'ਚ ਭੇਜੂਗੀ, ਫਿਰ 3 ਮਹੀਨੇ ਉਹ ਲਵਾਊਗੀ ਅਗਲਾ। ਹੁਣ ਸਾਰੇ ਜੇਲ੍ਹ ਜਾਣ ਤੋਂ ਡਰਦੇ ਨਾ, ਔਰ ਦੂਜਾ ਪ੍ਰੋਪਰਟੀਆਂ ਫਿਰ ਸਾਰੀਆਂ ਦੀ ਅਟੈਚ ਹੋ ਜਾਣੀਆਂ, ਕਿਉਂਕਿ ਜਦੋਂ ਈਡੀ ਆ ਕਿਤੇ ਨਾ ਕਿਤੇ, ਪੰਜਾਬ ਛੱਡੋ, ਹਿੰਦੁਸਤਾਨ ਦੇ ਜਿੰਨੇ ਵੀ ਪੋਲੀਟੀਸ਼ਨ ਆ ਜਿਹੜੇ ਕਹਿੰਦੇ ਸੀ ਕਿ ਨਾ ਖਾਣਾ ਅਤੇ ਨਾ ਖਾਣ ਦਊਂਗਾ, ਹੁਣ ਤਾਂ ਉਹ ਵੀ ਇਲੈਕਟ੍ਰੋਲ ਬੌਂਡ ਦੇ ਵਿੱਚ ਬਹੁਤ ਕੁਝ ਆ ਗਿਆ ਕਿ ਸਭ ਤੋਂ ਵੱਧ ਬੀਜੇਪੀ ਨੂੰ ਫੰਡਿੰਗ ਹੋਈ ਆ, ਕਰੋੜਾਂ ਰੁਪਏ ਦੀ, ਅਰਬਾਂ ਖਰਬਾਂ ਰੁਪਇਆਂ ਦੀ ਬੀਜੇਪੀ ਨੂੰ ਹੋਈ ਆ। ਸੁਪਰੀਮ ਕੋਰਟ ਵਾਰ ਵਾਰ ਤਰੀਕਾਂ ਦੇ ਰਹੀਆਂ, ਰਿਜ਼ਰਵ ਬੈਂਕ ਆਫ ਇੰਡੀਆ, ਸਟੇਟ ਬੈਂਕ ਆਫ, ਜਿਹੜੀਆਂ ਬੈਂਕਾਂ ਨੇ ਉਹ ਪੂਰੇ ਨੰਬਰ ਨਹੀਂ ਦੱਸ ਰਹੀ ਹੈਗੇ ਨਾ। ਹੁਣ ਇਹ ਸਾਰਿਆਂ ਦੇ ਪੈਸੇ ਕਿੱਥੇ ਜਾਂਦੇ ਨੇ, ਬਾਹਰਲੇ ਮੁਲਕਾਂ ਦੇ ਵਿੱਚ। ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਪੈਸਾ ਜਾਂਦਾ, ਜਿਹੜਾ ਕਾਲੇ ਧਨ ਦੇ ਰੂਪ ਦੇ ਵਿੱਚ ਮੋਦੀ ਸਾਹਿਬ ਨੇ ਕਿਹਾ ਸੀ ਕਿ ਕਾਲਾ ਧਨ ਵਾਪਸ ਲਿਆਵਾਂਗੇ, ਉਹ ਕਾਲਾ ਧਨ ਵਾਪਸ ਨਾ, ਉਸ ਤੋਂ ਜ਼ਿਆਦਾ ਦੁੱਗਣਾ ਕਾਲਾ ਧਨ ਬਾਹਰ ਚਲ ਗਿਆ। ਅਤੇ ਫਿਰ ਜਿਹੜੀ ਈਡੀ ਆ ਉਹ ਕੀ ਕਰਦੀ ਆ, PMLA ਐਕਟ ਆ ਜਿਹੜਾ, ਪ੍ਰਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ, ਉਹਦਾ ਮਤਲਬ ਤੁਹਾਡਾ ਪੈਸਿਆਂ ਦਾ ਲੈਣ ਦਾ ਦੂਜੇ ਕੰਟਰੀ ਦੇ ਵਿੱਚ ਹੋਇਆ, ਫਿਰ ਉਹ ਅਟੈਚ ਕਰਦੇ ਤੁਹਾਡੀ ਪ੍ਰੋਪਰਟੀ, ਜੇਲ੍ਹ ਇਹਨਾਂ ਨੂੰ ਜੇਲ੍ਹ ਜਾਣ ਤੋਂ ਨਹੀਂ ਕੋਈ ਗੱਲ ਨਹੀਂ, ਜ਼ਮਾਨਤਾਂ ਮਿਲ ਜਾਣਗੀਆਂ, 5 ਸਾਲ ਦੀ ਸਜ਼ਾ ਹੋਜੂ, 7 ਸਾਲ ਦੀ ਹੋਜੂਗੀ, ਪਰ ਇਹ ਹੈ ਕਿ ਸਾਡੀ ਕਿਤੇ ਜਿਹੜੀ ਅਸੀਂ ਕਰੋੜਾਂ ਰੁਪਏ ਦੀ ਪ੍ਰੋਪਰਟੀ ਬਣਾਈ ਆ ਉਹ ਅਟੈਚ ਹੋ ਜਾਣੀ ਆ, ਉਸ ਤੋਂ ਵੀ ਉਹ ਡਰਦੇ ਹੈਗੇ ਨੇ। ਅਤੇ ਇਸ ਕਰਕੇ ਚਾਹੇ ਸੈਂਟਰ ਲੈਵਲ 'ਤੇ, ਚਾਹੇ ਸਟੇਟਸ ਲੈਵਲ 'ਤੇ ਨਾ, ਜਾਂ ਸੂਬਾ ਲੈਵਲ 'ਤੇ, ਉਹ ਸਾਰੇ ਹੀ ਆ ਜਿਹੜੇ ਤਾਂ ਚੰਗੇ ਨੇ ਉਹ ਚੰਗੇ ਕੰਮ ਕਰਦੇ, ਜਿਹੜੇ ਮਾੜੇ ਉਹ ਫਿਰ ਜੇਲ੍ਹਾਂ ਹੀ ਜਾਣਗੇ ਜਾਂ ਫਿਰ ਪਾਰਟੀਆਂ ਬਦਲਣਗੇ।